so students today i am going to read the poem father returning home this is the sixth poem of plus 2 class this poem is written, written by dilip chitre first i am going to explain stanza by stanza then i will give you outline story dekho beta starting kar rahe hain my father travels on the late evening train is vich poem beta ye kehaya gaya hai ki jehde badi umar de log ohna nu log matlab ghar de vich ignore kar dende ne ਇਸ ਬਾਰੇ ਦੱਸਿਆ ਗਿਆ ਮਾਈ ਫਾਦਰ ਟਰੈਵਲਸ ਆਨ ਦਾ ਲੇਟ ਈਵਨਿੰਗ ਮੇਰਾ ਫਾਦਰ ਕਹਿੰਦਾ ਸ਼ਾਮ ਨੂੰ ਟ੍ਰੇਨ ਤੇ ਆਉਂਦਾ ਸਟੈਂਡਿੰਗ ਅਮੰਗ ਸਾਇਲੈਂਟ ਕਮਿਊਟਰ ਜਿਨੇ ਜੈਲੋ ਲਾਈਟ ਕਹਿੰਦਾ ਸਵਰਬ ਸਲਾਈਡ ਪਾਸਟ ਇਜ਼ ਅਨਸੀੰਗ ਆਈਜ਼ ਹਿਸ ਸ਼ਰਟ ਐਂਡ ਪੈਂਟਸ ਆਰ ਸੌਗੀ ਉਹਦੀ ਸ਼ਰਟ ਤੇ ਪੈਂਟ ਹੈ ਪੂਰੀ ਤਰ੍ਹਾਂ ਮਤਲਬ ਤੱਬੇ ਪਏ ਹੁੰਦੇ ਐ ਸੌਗੀ ਮੀਨ ਮਤਲਬ ਗੰਦੇ ਹੋਏ ਹੁੰਦੇ ਐ ਹਿਸ ਬਲੈਕ ਰੇਨ ਕੋਟ ਉਹਦੇ ਕੋਲੇ ਕਾਲਾ ਰੇਨ ਕੋਟ ਹੁੰਦਾ ਹੈ ਸਟੇਨਡ ਵਿਦ ਮਡ ਮਡ ਹੁੰਦਾ ਹੈ ਕੀਚੜ ਕੀਚੜ ਨਾਲ ਭਰਿਆ ਪਿਆ ਹੁੰਦਾ ਹੈ ਇਹ ਜੀ ਬੈਗ ਸਟਫਡ ਵਿਦ ਬੁక్స్ ਉਹਦਾ ਜਿਹੜਾ ਬੈਗ ਹੈ ਕਿਤਾਬਾਂ ਨਾਲ ਭਰਿਆ ਪਿਆ ਹੁੰਦਾ ਹੈ ਇਹ ਜੀ ਫਾਲਿੰਗ ਅਪਾਰਟ ਹੀ ਜੀ ਜਜਡਮੈਂਟ ਬਾਈ ਏਜ ਉਸ ਦੀਆਂ ਅੱਖਾਂ ਧੁੰਦਲੀਆਂ ਹੋ ਚੁੱਕੀਆਂ ਨੇ ਕਿ ਨਿਗਾਹ ਜਾ ਚੁੱਕੀ ਹੁੰਦੀ ਹੈ ਫੇਡ ਹੋਮਵਰਡ ਥਰੂ ਦਾ ਹਿਊਮਿਡ ਮੌਨਸੂਨ ਨਾਈਟ ਇੱਕ ਤਾਂ ਹੁੰਦਾ ਹੈ ਮੌਨਸੂਨ ਕਰਕੇ ਨਾਓ ਆਈ ਕੈਨ ਸੀ ਹਿਮ ਕੈਟਿੰਗ ਆਫ ਦਾ ਟ੍ਰੇਨ ਹੁਣ ਮੈਂ ਉਹਨੂੰ ਦੇਖ ਸਕਦਾ ਹਾਂ ਟਰੇਨ ਤੋਂ ਉਤਰਦੇ ਹੋਏ ਲਾਈਕ ਅਵਾਡ ਡਰਾਪਡ ਬਰਾਉਨ ਮੀ ਲੌਂਗ ਦੇਖੋ ਕਿੰਨੀ விதੇ ਬਾਡ ਲਿਖੀ ਹੈ ਜਿਵੇਂ ਕੋਈ ਸ਼ਬਦ ਕਿਸੇ ਸੈਂਟੈਂਸ ਚੋਂ ਪਰਾਂ ਹੋਇਆ ਹੋਵੇ ਹੀ ਹਰੀ ਅਕਰੋਸ ਦਾ ਲੈਂਥ ਆਫ ਦਾ ਗਰੇ ਪਲੇਟਫਾਰਮ ਉਹ ਪਲੇਟਫਾਰਮ ਚੋਂ ਕਾਲੀ ਕਾਲੀ ਉਤਰਦਾ ਹੈ ਕਰਾਸ ਦਾ ਰੇਲਵੇ ਲਾਈਨ ਰੇਲਵੇ ਲਾਈਨ ਨੂੰ ਕਰਾਸ ਕਰਦਾ ਹੈ ਐਂਟਰ ਜਾਂ ਲੀਨ ਲੀਨ ਦੇ ਉੱਪਰ ਐਂਟਰ ਹੋ ਜਾਂਦਾ ਹੈ ਹੀ ਚੱਪਲ ਜਾਂ ਸਟਿੱਕੀ ਵਿਦ ਮਡ ਉਹਦੇ ਚੱਪਲ ਗੰਨੀਆਂ ਹੋਈਆਂ ਹੁੰਦੀਆਂ ਨੇ ਕੀਚੜ ਦੇ ਨਾਲ ਬਟ ਹੀ ਹਰੀ ਅਨਵਰਡ ਉਹ ਕਾਲੀ ਕਰਦਾ ਹੈ ਹੋਮ ਅਗੇਨ ਆਈ ਸੀ ਹਿਮ ਡਰਿੰਕਿੰਗ ਬੀਕ ਟੀ ਈਟਿੰਗ ਏ ਸਟੇਲ ਚਪਾਤੀ ਰੀਡਿੰਗ ਏ ਬੁੱਕ ਕਿਤਾਬ ਪੜ ਰਿਹਾ ਹੈ ਕੀ ਖਾ ਰਿਹਾ ਹੈ ਸਟੇਲ ਮੀਨਜ ਬੇਹੀ ਬੇਹੀ ਚਪਾਤੀ ਹੀ ਗੋਜ਼ ਇਨਟੂ ਦਾ ਟਾਇਲਟ ਟੂ ਕੰਟੈਂਪਲੇਟ ਸ਼ਾਂਤਮਈ ਢੰਗ ਨਾਲ ਜਾਂਦਾ ਹੈ ਮੈਂਜ ਐਸਟੈਗਮੈਂਟ ਫਰੋਮ ਏ ਮੈਨ ਮੇਡ ਵਰਡ ਕਮਿੰਗ ਆਊਟ ਦਾ ਟ੍ਰੈਂਬਲ ਜੈਟ ਦਾ ਸਿੰਕ ਕੰਬ ਰਿਹਾ ਹੁੰਦਾ ਹੈ ਦਾ ਕੋਲਡ ਵਾਟਰ ਰਨਿੰਗ ਓਵਰ ਇਜ ਬਰਾਊਨ ਹੈਂਡ ਜ ਉਹਦੇ ਬਰਾਊਨ ਹੈਂਡ ਹੈਂਡ ਉੱਪਰ ਜਿਹੜਾ ਠੰਡਾ ਪਾਣੀ ਪਾਗ ਰਿਹਾ ਹੁੰਦਾ ਇਹ ਫਿਊ ਡ੍ਰੋਪਲੈਟਸ ਕਲਿੰਗ ਟੂ ਦਾ ਗ੍ਰੀਨ ਹੇਅਰ ਔਨ ਦਾ ਬੇਸਟਸ ਹੀਜ ਸੋਲੀਨ ਚਿਲड्रन ਹੈਵ ਆਪਨਡ ਰਿਫਿਊਡ ਟੂ ਜਿਹੜੇ ਉਹਦੇ ਬੱਚੇ ਹੁੰਦੇ ਐ ਉਹਨੂੰ ਉਹਦੀ ਇਨਕਾਰ ਕਰ ਦਿੰਦੇ ਉਹਦੀ ਪ੍ਰਵਾਹ ਕਰਨ ਤੋਂ ਜੋਕਸ ਐਂਡ ਸੀਕਰਟਸ ਵਿਦ ਹਿਮ ਉਹਦਾਂ ਜਿਹੋ ਜੋਕਸ ਮਜ਼ਾਕ ੜਾਉਂਦੇ ਐ ਹੀ ਵਿਲ ਨਾਓ ਗੋ ਟੂ ਸਲੀਪ ਉਹ ਸੌਣ ਲਈ ਜਾਵੇਗਾ ਲਿਸਨਿੰਗ ਟੂ ਦਾ ਸਟੈਟਿਕ ਆਫ ਦਾ ਰੇਡੀਓ ਡਰੀਮੀਂਗ ਰੇਡੀਓ ਸੁਨੇਗਾ ਆਫ ਇਨਸੈਸਟਰਸ ਐਂਡ ਗ੍ਰੈਂਡਚਿਲਡਰਨ ਥਿੰਕਿੰਗ ਜਿਵੇਂ ਉਹਦੇ ਪੂਰਵਜ ਤੇ ਜਿਹੜੇ ਦਾਦੇ-ਪਰਦਾਦੇ ਸੋਚਦੇ ਸੀ ਆਫ ਨੋਮਾਡਸ ਐਂਟਰਿੰਗ ਏ সাব ਕੌਂਟੀਨੈਂਟ ਥਰੂ ਇਨਰ ਪਾਸਟਸ ਦੇਖੋ ਬੇਟਾ ਸਟੈਂਜਾ ਪੜ ਰਹੇ ਹਾਂ ਇਹ ਜਾਈ ਜਿਡੇ ਮੇਰੇਖੋ ਪਹਿਲਾ ਨੇਮ ਦਾ ਪੁਆਇੰਟ ਨੇਮ ਆਫ ਦਾ ਪੋਇਟ ਇਜ਼ ਦਲੀਪ ਚਿਤਰੇ ਵਿੱਚ ਲਾਈਨ ਇਨ ਦਾ ਪੋਇਮ ਡਿਸਕ੍ਰਾਈਬ ਫਾਦਰਜ਼ ਰੈਲੇਵੈਂਸ ਇਹ ਕਿਹੜੀ ਲਾਈਨ ਇਹ ਚ ਦੱਸਦੀ ਹੈ ਫਾਦਰ ਦੀ ਰੈਲੇਵੈਂਸ ਆਪਿਆ ਬੇਟਾ ਲਾਈ ਕੇ ਬਾਅਦ ਡਰਾਪਡ ਫਰੋਮ ਦਾ ਲੌਂਗ ਸੈਂਟੈਂਸ ਹੀ ਅਰੀਜ ਅਕਰੋਸ ਹੀ ਹਰੀਜ ਅਕਰੋਸ ਦਾ ਲੈਂਥ ਰਾਈਟ ਟੂ ਰੀਜਨ ਜੀ ਫਾਰ ਫਾਦਰ ਜ ਆਈ ਜਿਡ ਬੀਇੰਗ ਡਿਮਡ ਦੋ ਕਾਰਨ ਲਿਖਣੇ ਆ ਜਿਹਦੇ ਫਾਦਰ ਦੀਆਂ ਅੱਖਾਂ ਡਿਮਡ ਸੀ ਡਿਊ ਟੂ 올ਡ ਏਜ ਆਪੇ ਹੀ ਬਾਈ ਏਜ ਐਂਡ ਹਿਊਮਡ ਮੌਨਸਨ ਨਾਈਟ ਕਰਕੇ ਨੈਕਸਟ ਬੇਟਾ ਵੇਅਰ ਡਜ ਫਾਦਰ ਗੋ ਆਫਟਰ ਗੈਟਿੰਗ ਆਫ ਦਾ ਟ੍ਰੇਨ ਫਾਦਰ ਕਿੱਥੇ ਜਾਂਦਾ ਹੈ ਜਦੋਂ ਟ੍ਰੇਨ ਤੋਂ ਉਤਰ ਜਾਂਦਾ ਹੈ ਹੀ ਗੋਸ ਟੂ ਹਿਜ ਹਾਊਸ ਆਪਣੇ ਘਰ ਜਾਂਦਾ ਹੈ ਨੈਕਸਟ ਬੇਟਾ these children have open refused to share explain the behavior of the old man is kapta de vich old man da behavior da zikr karna hai to ward them ode prati ki karde ne dekho beta a gaya da the, the children are different bacche kehnda different hunde hai indifferent to father ode apne pita karke and they have refused to share their jokes and secrets ode na kehnda refuse karde ne ona koi mazak wagaira karna next beta what does he do after ਬੀਇੰਗ ਰਿਟਨ ਆਫ ਬਾਈ ਹਿਸ ਚਿਲड्रन ਉਹ ਕੀ ਕਰਦਾ ਫਿਰ ਜਦੋਂ ਉਹਦਾ ਮਤਲਬ ਉਹਨੂੰ ਇਨਕਾਰ ਕਰ ਦਿੰਦੇ ਨੇ ਉਹ ਕੀ ਕਰਦਾ ਬੇਟਾ ਹੀ ਗੋਸ ਟੂ ਸਲੀਪ ਉਹ ਕਹਿੰਦਾ ਸੌਣ ਲਈ ਚਲਾ ਜਾਂਦਾ ਲਿਸਨਿੰਗ ਟੂ ਦਾ ਰੇਡੀਓ ਰੇਡੀਓ ਸੁਣਦਾ ਹੈ ਵਿਚ ਇਜ ਕੰਪਨੀਡ ਬਾਈ ਦ ਨੋਇਜ ਜਿਹਦੇ ਵਿੱਚ ਬਹੁਤ ਜ਼ਿਆਦਾ ਨੋਇਜ ਹੁੰਦੀ ਹੈ ਨੈਕਸਟ ਬੇਟਾ ਹਾਉ ਕੈਨ ਯੂ ਸੇ ਤੁਸੀਂ ਕਿਵੇਂ ਕਹਿ ਸਕਦੇ ਹੋ ਦੈਟ ਹਿਜ ਡ੍ਰੀਮ ਮਿਰਰ ਜੀ ਦੈਟ ਦਾ 올ਡ ਮੈਨ ਇਜ਼ ਐਦਰ ਥਿੰਕਿੰਗ ਅਬਾਊਟ ਹਿਜ ਪਾਸਟ ਔਰ ਫਿਊਚਰ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਇਹ ਗੱਲਾਂ ਇਹਦਾ ਬੇਟਾ ਆਨਸਰ ਹੈ ਹੀ ਡ੍ਰੀਮਸ ਆਫ ਇਨਸੈਸਟਰ ਜੈਂਡ ਗ੍ਰੈਂਡਚਿਲਡਰਨ ਉਹ ਆਪਣੇ ਗ੍ਰੈਂਡਚਿਲਡਰਨ ਤੇ ਇਨਸੈਸਟਰ ਬਾਰੇ ਗੱਲਾਂ ਕਰਦਾ ਹੈ ਇਹ ਦੂਆ ਡਰਾਇ ਪੈਨ ਪੋਰਟਰੇਟ ਆਫ ਪੋਏਟਸ ਫਾਦਰ ਪੋਏਟ ਦੇ ਫਾਦਰ ਦੀ ਕਹਿੰਦਾ ਕਰੈਕਟਰ ਬਾਰੇ ਦੱਸਣਾ ਹੈ ਦਾ ਪੋਏਟਸ ਫਾਦਰ ਇਜ਼ ਅ ਸੈਡ 올ਡ ਮੈਨ ਇੱਕ ਉਦਾਸ ਬੁੱਢਾ ਆਦਮੀ ਹੁੰਦਾ ਹੈ ਹੀ ਟਰੈਵਲਸ ਟੂ ਵਰਕ ਬਾਈ ਅ ਲੋਕਲ ਟ੍ਰੇਨ ਲੋਕ ਇਨ ਮੁੰਬਈ ਦੇ ਵਿੱਚ ਜਾਂਦਾ ਹੈ ਹੀ ਡਸ ਨਾਟ ਫੀਲ ਕੰਫਰਟੇਬਲ ਇਨ ਹਿਮ ਐਂਡ ਔਰ এনਵਾਇਰਨਮੈਂਟ ਉਹ ਆਪਣੇ ਵਾਤਾਵਰਣ ਵਿੱਚ ਜਾਂ ਆਪਣੇ ਘਰ ਵਿੱਚ ਵਧੀਆ ਮਹਿਸੂਸ ਨਹੀਂ ਕਰਦਾ ਬੇਟਾ ਦਿਸ ਇਜ਼ ਦਾ ਪੋਇਮ ਦੇਖੋ ਬੇਟਾ ਜੀ ਥੋੜੀ ਜੀ ਤੁਹਾਨੂੰ ਇਹਦੀ ਜਿਹੜੀ ਆਊਟਲਾਈਨ ਸਟੋਰੀ ਉਹ ਦੱਸ ਰਿਹਾ ਵੀ ਇਹਦੀ ਜਿਹੜੀ ਸਾਡੀ ਫਾਦਰ ਰਿਟਰਨਿੰਗ ਹੋਮ ਹੈ ਈ ਦਾ ਪੋਇਟ ਸੇਜ਼ ਥੈਟ ਹਿਸ ਫਾਦਰ ਟਰੈਵਲਸ ਫਰੋਮ ਹਿਸ ਵਰਕ ਟੂ ਹਿਸ ਹੋਮ ਏਵਰੀ ਡੇ ਬਾਏ ਦਾ ਈਵਨਿੰਗ ਟ੍ਰੇਨ ਸ਼ਾਮ ਨੂੰ ਜਾਂਦਾ ਹੈ ਹੀ ਸਟੈਂਡਸ ਮੰਗਦਾ ਸਾਇਲੈਂਟ ਡੇਲੀ ਪੈਸੇਂਜਰ ਚੁੱਪਚਾ ਬੈਠਾ ਰਹਿੰਦਾ ਹੈ ਐਸ ਦਾ ਟ੍ਰੇਨ ਮੂਵ ਜਿਓ ਟ੍ਰੇਨ ਮੂਵ ਹੁੰਦੀ ਹੈ ਇਟ ਪਾਸਸ ਬਾਈ ਕਲੋਨੀਆਂ ਇਟ ਇਜ਼ ਰੇ रेनी सीजन एंड शर्ट्स एंड पैंट्स ऑफ हर सोगी ਉਹਦੇ ਪਿਤਾ ਦੀ ਸ਼ਰਟ ਤੇ ਪੈਂਟਸ ਸੌਗੀ ਹੁੰਦੀਆਂ ਨੇ ਹਿਸ ਬਲੈਕ ওভারਕੋਟ ਇਜ਼ ਸਟੋਰਡ ਵਿਦ ਮਡ ਇਸ ਕਰਕੇ ਬਟਾ ਇਹ ਪੋਇਮ ਦੇ ਵਿੱਚ ਇਹ ਕਿਹਾ ਗਿਆ ਵੀ ਜਿਹੜੇ ਅੱਜ ਕੱਲ ਦੇ ਬੱਚੇ ਨੇ ਦੇ ਹੈ ਫਾਰਗੋਟਨ ਹਾਊ ਕੈਨ ਵੀ ਗਿਵ ਰਿਸਪੈਕਟ ਟੂ आवर ਐਲਡਰਸ ਅਸੀਂ ਵੱਡਿਆਂ ਨੂੰ ਕਿਵੇਂ ਮਤਲਬ ਰਿਸਪੈਕਟ ਦੇਣੀ ਹੈ ਤੇ ਕਹਿਣ ਦਾ ਮਤਲਬ ਉਹ ਪੂਰੀ ਤਰ੍ਹਾਂ ਅੱਕ ਚੁੱਕੇ ਹੁੰਦੇ ਨੇ ਇਸ ਕਰਕੇ ਇਸ ਫਾਦਰ ਰਟਰਨਿੰਗ ਹੋਮ ਦਿਸ ਪੋਇਮ ਇਜ਼ ਰਿਟਨ ਬਾਇ ਦਿਲੀਵ ਚਿਤਰੇ ਆਈ ਹੈਵ ਗਿਵ ਯੂ ਬਰੀਫ ਐਕਸਪਲੇਨੇਸ਼ਨ ਸਟੰਜਾ ਬਾਈ ਸਟੰਜਾ ਆਈ ਹੋਪ ਯੂ ਵਿਲ ਗੈਟ ਲੋਟ ਆਫ ਬੈਨੀਫਿਟ ਫਰਮ ਦਿਸ ਪੋਇਮ ਓਕੇ ਥੈਂਕ ਯੂ ਵੈਰੀ ਮਚ